कार दे उपर जाली नंबर लवा के पेट्रोल पंप तो तेल पवा के रफू चक्कर होए लुटेरे, घटना सीसीटीवी दे विच होई कैद। दस दिए कि बठिंडा बादल रोड ते स्थित एक पेट्रोल पंप दे उपर एक कार वल्लों तेल पवाउण लई पेट्रोल पंप ते पहुंचा गया अते करिंदे वल्लों पेट्रोल पंप दे उपर जो मौजूद सी उस वल्लों कार दे विच तेल पा दिता गया ते पैसे देण दी वारी आई तां उक्त कार चालक कार भजा के लै गए, जिस तों बाद पंप संचालक वल्लों उक्त घटना की सूचना पुलिस नूं दित्ती गई। पुलिस वल्ले जदों मौके ते आ के सारी इंडियन ऑयल दा पेट्रोल पंप बाबा बलिया फिलिंग स्टेशन बादल रोड ते है, मैं उहदा मालक हां, जसविंदर सिंह मेरा नाम है। हुण ऐ वी कल 5 बजे तकरीबन मेरे पंप तों एक कार सवार उहदे नाल एक नाल सहायक होर सी, दो बंदे सीगे, 1210 रुपए का डीजल पवा के फरार हो गए। असी उस संबंध के संबंधित थाना नंदगढ़ SHO नूं फोन किया कि तुसीं जी इस ते कार्रवाई करो। वो 20 मिंटां बाद साढ़े कोल पंप ते पहुँच गए और उन्हां नूं असीं अपने कैमरे जो लगे आ पंप ते उहदा क्लिप दिखाया और विचों बंदा जो बाहर आया बंदा भी असीं आइडेंटिफाई कराया भी आह देखो जी आह बंदा है और आह कार है आह नंबर है। वो नोट करके उस तों बाद कोई ऐप के उन्होंने शो किया भी ये नंबर यह कार के उत्ते जाली लग्या होया, ਇਹ ਇੱਕ ਸਕੂਟੀ ਦਾ ਨੰਬਰ ਹੈ ਜੋ ਕੋਈ ਮੁਕਸਰ ਨੂੰ ਬਿਲੋਂਗ ਕਰਦਾ। ਸੋ ਅਸੀਂ ਇਹ ਕਹੇ ਵੀ ਇਹ ਤਾਂ ਉਸ ਤੋਂ ਵੀ ਵੱਡਾ ਓਫੈਂਸ ਹੈ ਵੀ ਜੋ ਇੱਕ ਗਲਤ ਨੰਬਰ ਲਾ ਕੇ ਕਾਰ 'ਤੇ ਉਹ ਇਸ ਤਰ੍ਹਾਂ ਘੁੰਮ ਰਹੇ ਹੈ, ਦੂਜਾ ਸਾਡੇ ਨਾਲ ਉਹ ਥੈਫਟ ਕੇਸ ਦਾ ਵਿੱਚ ਸਾਡੇ ਨਾਲ ਧੋਖਾ ਕਰਕੇ ਭੱਜ ਰਹੇ ਹੈ, ਇਹਨਾਂ 'ਤੇ ਕਾਨੂੰਨੀ ਸ਼ਿਕੰਜਾ ਕਸਿਆ ਜਾਵੇ। ਕੱਲ੍ਹ ਤੋਂ ਬਾਅਦ ਮੈਨੂੰ ਅੱਜ ਤੁਹਾਡਾ ਜੋ ਮੈਂ ਮੇਰੇ ਭਰਾਵਾਂ ਨਾਲ ਮੈਂ ਤੁਹਾਡੇ ਨਾਲ ਤਾਲਮੇਲ ਕੀਤਾ ਅਤੇ ਮੈਂ ਇਸ ਦੱਸਿਆ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਨੰਬਰ ਪਲੇਟ ਜਿਹੜੀ ਲੱਗੀ ਸੀ ਉਹ ਸਰਕਾਰੀ ਲੱਗੀ ਸੀ ਜਾਂ ਪ੍ਰਾਈਵੇਟ ਲੱਗੀ ਹੋਈ? ਉਹ ਮੈਂ ਕਲਿੱਪ ਤੁਹਾਨੂੰ ਭੇਜ ਦਿੰਦਾ, ਉਹ ਤੋਂ ਤੁਸੀਂ ਆਈਡੈਂਟੀਫਾਈ ਕਰ ਲਓ ਜੇ ਉਹ 'ਚ ਵਿਜ਼ੀਬਲ ਹੈ। ਆਈ ਐਮ ਨੋਟ ਸ਼ੋਰ ਵੀ ਮੈਂ ਉਹਦੇ 'ਤੇ ਤੁਹਾਨੂੰ ਮੈਂ ਇੱਕ ਕੀ ਕਲੀਅਰ ਦੱਸ ਦਿਆਂ, ਉਹ ਆਈਡੈਂਟੀਫਿਕੇਸ਼ਨ ਵਾਸਤੇ ਮੈਂ ਤੁਸੀਂ ਦੇਖ ਲਓ ਭੇਜੋ ਔਰ ਜੋ ਮੇਰੇ ਕੋਲ ਹੈ ਸਬੂਤ ਮੈਂ ਤੁਹਾਨੂੰ ਸਾਰੇ ਭੇਜ ਦਿੰਦਾ। ਥਾਣੇ ਵਾਲਿਆਂ ਨੇ ਕੋਈ ਪਰਚਾ ਵਗੈਰਾ ਦਰਜ ਕੀਤਾ ਜੀ? ਉਹਨਾਂ ਦਾ ਸਾਨੂੰ ਇਹ ਜਵਾਬ ਸੀ ਵੀ ਇਹ ਤਾਂ ਜੀ ਨੰਬਰ ਸਕੂਟੀ ਦਾ ਹੈ, ਤੁਸੀਂ ਕਾਰ ਕਹਿ ਰਹੇ ਹੋ। ਅਸੀਂ ਇਹ ਆਪਦਾ ਗੱਲ ਲੈ ਕੇ ਵਾਪਸ ਆਪਦੇ ਕੋਲ ਬਹਿ ਗਏ ਵੀ ਜਦੋਂ ਥਾਣੇ ਵਾਲਿਆਂ ਨੇ ਇੱਕੋ ਗੱਲ ਨਾਲ ਸਾਡੇ ਨਾਲ ਮੁਕਾ ਲਿਆ ਵੀ ਇਹ ਤਾਂ ਨੰਬਰ ਸਕੂਟੀ ਦਾ ਹੈਗਾ, ਅਤੇ ਆਈ ਥਿੰਕ ਵੀ ਉਹ ਦੈਟ ਵੀ ਉਹ ਅਸੀਂ ਤਾਂ ਆਪਦੀ ਕਾਰਵਾਈ ਕਰਤੀ। ਅਸੀਂ ਮੰਗ ਕਰਦੇ ਹਾਂ ਵੀ ਜੋ ਸਕੂਟੀ ਦਾ ਤਾਂ ਵਾਈ ਸ਼ੁੱਡ ਵੀ ਉਹਨਾਂ ਨੂੰ ਛੱਡਿਆ ਜਾਵੇ, ਜੇ ਸਕੂਟੀ ਦਾ ਤਾਂ ਕਾਰ ਵਾਲਾ ਤਾਂ ਉਸ ਤੋਂ ਵੱਧ ਦੋਸ਼ੀ ਹੋ ਗਿਆ ਜਿਹੜਾ ਕਿ ਸਕੂਟੀ ਦਾ ਨੰਬਰ ਲਾ ਕੇ ਚੱਲ ਫਿਰਿਆ। ਸੋ ਉਹ ਕਾਰ ਨੂੰ ਆਈਡੈਂਟੀਫਾਈ ਕੀਤਾ ਜਾਵੇ ਕਿੱਥੋਂ ਦੀ ਕਾਰ ਹੈ, ਉਹ ਕੱਲ੍ਹ ਨੂੰ ਫੇਰ ਆ ਕੇ ਸਾਡੇ ਅਸੀਂ ਸੜਕ 'ਤੇ ਬੈਠੇ ਹਾਂ, ਸਿਕਿਓਰ ਕੀਤਾ ਜਾਵੇ ਸਾਨੂੰ, ਸਾਡਾ ਬਿਜ਼ਨਸ ਸਿਕਿਓਰ ਕੀਤਾ ਜਾਵੇ ਔਰ ਉਹ ਬੰਦੇ ਨੂੰ ਪਕੜਿਆ ਜਾਵੇ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ।